ਸਤਿ ਸ਼੍ਰੀ ਅਕਾਲ ਜੀ, ਮੈਂ ਜਤਿੰਦਰ ਸਿੰਘ ਐਜੂਕੇਸ਼ਨ ਅਬਰੋਡ ਕੰਸਲਟੈਂਟਸ ਤੋਂ। ਅੱਜ ਦਰਸ਼ਕੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਦੇ ਬਾਰੇ। ਜਿਨ੍ਹਾਂ ਬੱਚਿਆਂ ਦੇ 5.5 ਬੈਂਡ ਨੇ, ਪਲੱਸ ਟੂ ਪਾਸ ਆਊਟ ਨੇ ਬੱਚੇ, ਜੇਕਰ ਪਲੱਸ ਟੂ ਤੋਂ ਬਾਅਦ ਗੈਪ ਵੀ ਹੈ ਕਿਸੇ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਹੈ, ਤਾਂ ਉਹ ਬੱਚੇ ਵੀ ਪਲੱਸ ਟੂ 5.5 ਬੈਂਡ ਤੋਂ ਬਾਅਦ 55% ਦੇ ਨਾਲ ਜਾ ਸਕਦੇ ਨੇ। ਉਹ ਬੱਚੇ ਕਨਫਿਊਜ਼ ਤਾਂ ਨੇ ਕਿ ਅਸੀਂ ਕਿਹੜੀ ਕੰਟਰੀ ਜਾਵਾਂਗੇ, ਅਸੀਂ ਕੈਨੇਡਾ ਜਾਵਾਂਗੇ ਜਾਂ ਆਸਟ੍ਰੇਲੀਆ ਜਾਵਾਂਗੇ। ਕੈਨੇਡਾ ਦੀ ਰਿਜੈਕਸ਼ਨ ਰੇਟ ਦੀ ਜੇ ਗੱਲ ਕਰੀਏ, ਅੱਜ ਦੀ ਡੇਟ 'ਚ ਕਾਫੀ ਹਾਈ ਹੈ। 6 ਬੈਂਡ ਵਾਲੇ ਬੱਚਿਆਂ ਦੇ ਵੀ ਕੇਸ ਕੈਨੇਡਾ ਤੋਂ ਰਿਫਿਊਜ਼ ਹੋ ਰਹੇ ਨੇ। ਜਿਹੜੇ ਬੱਚਿਆਂ ਦੀ ਕੇਸ ਦੀ ਰਿਫਿਊਜ਼ਲ ਵੀ ਹੈ ਕੈਨੇਡਾ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਵੀ ਰਿਫਿਊਜ਼ਲ ਹੈ, ਉਹ ਬੱਚੇ ਵੀ 5.5 ਬੈਂਡ ਦੇ ਨਾਲ ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ। ਸਿਰਫ ਔਰ ਸਿਰਫ ਤੁਹਾਨੂੰ ਪਲੱਸ ਟੂ ਪਾਸ ਆਊਟ ਚਾਹੀਦੇ ਹੋ, ਨੰਬਰ 55% ਚਾਹੀਦੇ ਨੇ, ਬੈਂਡ 5.5 ਨੇ। ਤੁਸੀਂ ਆਸਟ੍ਰੇਲੀਆ ਵਿੱਚ ਚੰਗੇ ਲੈਵਲ 1 ਅਤੇ ਲੈਵਲ 2 ਦੇ ਕਾਲਜ ਵਿੱਚ ਸਿਰਫ 5 ਤੋਂ 6 ਲੱਖ ਦੇ ਖਰਚੇ ਦੇ ਵਿੱਚ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਸਾਡੇ ਨੰਬਰ ਨੀਚੇ ਸਕਰੋਲ 'ਤੇ ਚੱਲ ਰਹੇ ਨੇ, ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ, ਸਾਡਾ ਫੇਸਬੁੱਕ ਪੇਜ ਲਾਈਕ ਕਰ ਸਕਦੇ ਹੋ, ਜਾਂ ਸਾਡੇ ਕਿਸੇ ਵੀ ਨੰਬਰ 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ ਜੀ।